ਅਸਲਾਮੁਆਲੇਕੁਮ ਰਹਿਮਤੁਲਲਾਹੀ ਵਬਰਕਾਤ ਦੋਸਤੋ ਸਿਆਣੇ ਕਹਿੰਦੇ ਆ ਕਿ ਕੁਦਰਤ ਦੇ ਨਾਲ ਵੈਰ ਚੰਗਾ ਨਹੀਂ ਹੁੰਦਾ ਅੱਗੇ ਕਿਹੜੇ ਜਾਨਵਰ ਜਾਂ ਪੱਖੂ ਸਾਨੂੰ ਇੰਨੇ ਕੁ ਆਮ ਮਿਲ ਰਹੇ ਨੇ ਕਿ ਫੜ ਲਓ ਫੜ ਲਓ ਹੁੰਦੇ ਹੀ ਆ ਗਵਰਨਮੈਂਟ ਨੇ ਰਿਆਸਤ ਨੇ ਆਪਣੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਚੀਲਾ ਮਾਰ ਦਿਓ ਇਹ ਜਿਹੜੀਆਂ ਚੀਲਾ ਉਡ ਰਹੀਆਂ ਨੇ ਨਾ ਜਿਨ੍ਹਾਂ ਨੂੰ ਇੱਲਾ ਬੋਲਦੇ ਨੇ ਇਹ ਨਾ ਚੀਲਾ ਨੂੰ ਮਾਰ ਦਿਓ ਤੇ ਖਾਲੀ ਨੋਟੀਫਿਕੇਸ਼ਨ ਇਹ ਨਹੀਂ ਕਿ ਨਾ ਚੀਲਾ ਨੂੰ ਮਾਰ ਦਿਓ ਜਿਹੜਾ ਮਾਰ ਕੇ ਲੈ ਕੇ ਆਏਗਾ ਉਹਨੂੰ 1000 ਰੁਪਿਆ ਨਾਮ ਦੇ ਤੌਰ ਤੇ ਵੀ ਦਿੱਤਾ ਜਾਏਗਾ ਗੱਲ ਮੇਰੀ ਸਮਝੋ ਬਾਹਰ ਆ ਵੀ ਸਿਆਣਿਆਂ ਨੇ ਟੁੱਟੀਆਂ ਬਾਹਾਂ ਗੱਲ ਨੂੰ ਅਸੀਂ ਤਾਂ ਰੋ ਰਹੇ ਹਾਂ ਮਹਿੰਗਾਈ ਨੂੰ ਅਸੀਂ ਰੋ ਰਹੇ ਹਾਂ ਆਪਣੇ ਖਾਣ ਪੀਣ ਨੂੰ ਰੋਜ਼ਮਰਰਾ ਦੀਆਂ ਜ਼ਰੂਰੀਅਤਾਂ ਨੂੰ ਆਪਣੀਆਂ ਖਾਧਾਂ ਸਪਰੇਵਾਂ ਨੂੰ ਪੈਟਰੋਲ ਨੂੰ ਰੋ ਰਿਆ ਗੈਸ ਸਾਨੂੰ ਨਹੀਂ ਮਿਲਦੀ ਬਿਜਲੀ ਸਾਨੂੰ ਨਹੀਂ ਮਿਲਦੀ ਹਸਪੀਟਲਾਂ ਜੀ ਚੰਗਾ ਇਲਾਜ ਜਿਹੜਾ ਹੈ ਉਹ ਸਾਨੂੰ ਨਹੀਂ ਮਿਲ ਰਿਹਾ ਤੇ ਇਹ ਗਵਰਨਮੈਂਟ ਫਰਮਾ ਰਹੀ ਹੈ ਕਿ ਚੀਲਾ ਮਾਰ ਦਿਓ ਮੇਰੇ ਤਾਂ ਗੱਲ ਸਮਝੋ ਬਾਹਰ ਹੈ ਕਿ ਪਤਾ ਨਹੀਂ ਇਹਨਾਂ ਚੀਲਾਂ ਦਾ ਇਹਨਾਂ ਇਲਾ ਦਾ ਕੋਈ 9 ਮਈ ਦੇ ਵਾਕਏ ਦੇ ਵਿੱਚ ਕੋਈ ਅਸਰ ਉਹ ਸੂਬੇ ਜਾਂ ਇਹਨਾਂ ਦਾ ਕੋਈ ਅਮਲ ਦਖਲ ਆ ਜਾਂ ਇਹਨਾਂ ਇਲਾ ਦੀ ਬੜੀ ਨਿਗਾਹ ਤੇਜ਼ ਹੁੰਦੀ ਹੈ ਇਹ ਨਾ ਉੱਤੂ ਉਡਦੀਆਂ ਨੇ ਕਿਸੇ ਵਜ਼ੀਰ ਮਸ਼ੀਰ ਨੂੰ ਨਾਂਦੇ ਹੋਇਆ ਵੇਖ ਲਿਆ ਔਰ ਰੱਬ ਦਾ ਵਾਸਤਾ ਜੇ ਜਿਹੜਾ ਕੰਮ ਕਰਨ ਵਾਲਾ ਹੈ ਸੋਨਿਓ ਤੁਸੀਂ ਉਹ ਕੰਮ ਕਰੋ ਆਵਾਮ ਦੀ ਫਲਾਹ ਵਾਸਤੇ ਕੰਮ ਕਰੋ ਉਹਨਾਂ ਦੇ ਵਾਸਤੇ ਰਿਲੀਫ ਦਿਓ ਉਹਨਾਂ ਨੂੰ ਕਿਸੇ ਕਿਸਮ ਦਾ ਇਹ ਤਾਂ ਗੱਲ ਉਵੇਂ ਹੀ ਹੋ ਗਈ ਨਾ ਕਿ ਇੱਕ ਬੱਸ ਦੇ ਵਿੱਚ ਨਾ ਸਫ਼ਰ ਕਰਦੇ ਹੋਣੇ ਆ ਸਫ਼ਰ ਦੇ ਦੌਰਾਨ ਡਾਕੂਆਂ ਨੇ ਬੱਸ ਨੂੰ ਲੁੱਟ ਲਈ ਬੱਸ ਜਦੋਂ ਲੁੱਟੀ ਤੋਂ ਨਾ ਇੱਕ ਨੂੰ ਪੁੱਛਿਆ ਉਹਨੇ ਹਾਂ ਵੀ ਕੱਢ ਤੇਰੇ ਕੋਲ ਜੋ ਕੁਝ ਸਾਰਾ ਹੈ ਕੱਢ ਦੇ ਉਹਨੇ ਸਾਰਾ ਕੁਝ ਕੱਢ ਕੇ ਦੇ ਦਿੱਤਾ ਉਹਨੇ ਹਾਂ ਤੇਰਾ ਨਾਂ ਕੀ ਹੈ ਉਨੇ ਜੀ ਮੇਰਾ ਨਾਮ ਤਾਂ ਪ੍ਰਵੀਨ ਹੈ ਉਹਨੇ ਉਹ ڈاکੂ ਸੀ ਜਿਹੜਾ ਹੋ ਰੋਣ ਲੱਗ ਪਿਆ ਰੋਂਦੇ ਹੋਏ ਉਹਨਾਂ ਨੂੰ ਸਾਰਾ ਕੁਝ ਉਸ ਬੀਬੀ ਨੂੰ ਵਾਪਸ ਦੇ ਦਿੱਤਾ ਤੇ ਉਹਨੇ ਹੋ ਹੋ ਪ੍ਰਵੀਨ ਤਾਂ ਮੇਰੀ ਭੈਣ ਦਾ ਨਾਮ ਸੀ ਲੈ ਤੂੰ ਸਾਰਾ ਕੁਝ ਵਾਪਸ ਲੈ ਖੜਾ ਅੱਗੇ ਜਾ ਕੇ ਇੱਕ ਬੰਦੇ ਨੂੰ ਫਿਰ ਲੁੱਟਿਆ ਉਹਨੇ ਹਾਂ ਵੀ ਤੂੰ ਕੱਢ ਏ ਤੇਰੇ ਕੋਲ ਕੀ ਏ ਕੱਢ ਸਾਰਾ ਕੁਝ ਬਾਹਰ ਉਹਨੇ ਕੱਢ ਕੇ ਦੇ ਦਿੱਤਾ ਉਹਨੇ ਨਾ ਕੀ ਤੇਰਾ ਉਹਨੇ ਜੀ ਨਾਮ ਤਾਂ ਮੇਰਾ ਸਾਦਕ ਹੈ ਪਰ ਕਹਿੰਦੇ ਮੈਨੂੰ ਕੌਸਰ ਕੌਸਰ